ਅਸਲਾਮ ਅਲੈਕੁਮ, ਮੇਰਾ ਨਾਮ ਅਮਨ ਮਾਨ ਹੈ। ਤੁਸੀਂ ਸਾਰੇ ਵੇਖ ਰਹੇ ਪੰਜਾਬੀ ਵਲੋਗ। ਅੱਜ ਹੀ ਸਾਡੇ ਜਵਾਦ ਬਾਈ ਨੇ ਡਰੋਨ ਲਿਆ ਅਤੇ ਉਹ ਚੈੱਕ ਕਰਨੇ ਆ ਵੀ ਡਰੋਨ ਕਿਹੋ ਜਿਹਾ ਅਤੇ ਕਿਵੇਂ ਉਹਨਾਂ ਨੇ ਕਿੰਨੇ ਦਾ ਲਿਆ। ਆ ਬੈਠੇ ਹਾਂ ਜੀ ਮਸਜਿਦ ਵਿੱਚ ਮਾਸ਼ਾਅੱਲਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਰਹਿਮਤੁਲਲਾਹ ਵਬਰਕਾਤੁ। ਜਵਾਦ ਬਾਈ ਕੀ ਹਾਲ ਚਾਲ ਹੈ? ਠੀਕ ਹੋ? ਬਾਈ ਦਾ ਕਰਮ, ਤੁਸੀਂ ਸੁਣਾਓ। ਤਬੀਅਤ ਸਿਹਤ ਕੈਸੀ ਹੈ ਤੁਹਾਡੀ? ਬੈਠੋ। ਠੀਕ ਹੋਰ? ਤਬੀਅਤਾਂ, ਸਿਹਤਾਂ, ਨੀਅਤ, ਹਾਲ ਅਹਿਵਾਲ, ਘਰ ਬਾਰ ਠੀਕ ਠਾਕ ਹੈ? ਅਲਹਮਦੁਲਿਲਾ ਠੀਕ ਠਾਕ। ਤੁਸੀਂ ਸੁਣਾਓ ਕੀ ਹੋ ਰਿਹਾ? ਕੀ ਹੋ ਰਿਹਾ? ਕੁਛ ਨਹੀਂ ਹੋ ਰਿਹਾ, ਬਸ ਉੱਥੇ ਇਬਾਦਤ ਹੋ ਰਹੀ ਮਸਜਿਦ ਵਿੱਚ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਓਐਸ ਭਾਈ ਦੀ ਨਾਲ ਸੁਣ ਰਿਹਾ ਸਰ। ਅੱਛਾ, ਮਾਸ਼ਾਅੱਲਾ, ਮੋੜ ਤੇ ਬੜਾ ਹੈ, ਕਿਆ ਬਾਤ ਹੈ। ਅਗਾਂ ਮੁਬਾਰਕਾਂ ਵਾਲਾ, ਬਰਕਤਾਂ ਵਾਲਾ, ਰਹਿਮਤਾਂ ਵਾਲਾ ਮਹੀਨਾ ਰਬੀ ਲਵਲ ਆ ਰਿਹਾ। ਤੇਰੀ ਚਹਿਲ ਪਹਿਲ ਕੇ ਹਜ਼ਾਰੋਂ ਈਦ ਰਬੀ ਲਵਲ, ਸਿਵਾਏ ਇਬਲੀਸ ਕੇ ਜਹਾਂ ਮੇਂ ਸਭੀ ਤੋਂ ਖੁਸ਼ੀਆਂ ਮਨਾ ਰਹੇ। ਕਿਆ ਬਾਤ ਹੈ। ਤੇ ਹੋਰ ਸੁਣਾਓ, ਹੁੰਦੀਆਂ ਬਰਕਤਾਂ ਹੁੰਦੀਆਂ ਹੈ। ਐ ਕੀ ਤੁਹਾਨੂੰ ਠੰਡ ਲੱਗਦੀ ਪਈ ਸੀ? ਪੰਖਾ ਹੀ ਕੋਈ ਨਹੀਂ ਚਲਾਇਆ। ਕੋਈ ਨਹੀਂ, ਬਾਰਿਸ਼ ਆਈ ਹੋਈ ਹੈ ਸਾਡੇ ਇਲਾਕੇ ਵਿੱਚ, ਇਹਦੀ ਮਤਲਬ ਜ਼ਰੂਰਤ ਨਹੀਂ ਮੁੜ ਮੱਛਣਾ ਚਾਹੀਦਾ ਜੇ ਮਸਜਿਦ ਦੇ ਮੁੜ ਬਿੱਲਾਂ ਤੋਂ ਵਕਤ ਦਾ ਮਾਲ ਹੈ। ਸਹੀ ਗੱਲ ਹੈ, ਇਸਤੇਮਾਲ ਨਹੀਂ ਕਰਨਾ ਚਾਹੀਦਾ। ਅੱਛਾ, ਮੈਂ ਸੁਣਿਆ ਤੁਸੀਂ ਡਰੋਨ ਲਿਆ, ਸਹੀ ਗੱਲ ਹੈ ਕਿ ਐਵੇਂ ਮੈਨੂੰ ਕਿਸੇ ਆਖਿਆ? ਗੱਲ ਤਾਂ ਠੀਕ ਹੈ। ਅੱਛਾ, ਕੋਈ ਸਾਨੂੰ ਦੀਦਾਰ ਕਰਾਓ ਡਰੋਨ ਦਾ, ਮੁੜ ਕਿਵੇਂ ਦਾ ਜਾਂ ਕੀ ਹਿਸਾਬ ਕਿਤਾਬ ਹੈ? ਤੁਸੀਂ ਇਸਤੇਮਾਲ ਕੀਤਾ? ਕੀਤਾ ਇਸਤੇਮਾਲ ਹੈ। ਕਿਵੇਂ ਦਾ, ਕੀ ਨਜ਼ਾਰੇ ਕਰਾਉਂਦਾ? ਸਹੀ ਹੈ, ਕਿਵੇਂ ਦਾ? ਹਾਂ, ਸਾਨੂੰ ਮੁੜ ਦੀਦਾਰ ਕਰਾਓ, ਬਿਸਮਿਲਾ ਕਰਾਓ। ਦੀਦਾਰ ਤੁਸੀਂ ਕਰਨਾ ਹੈ ਮੁੜ? ਹਾਂਜੀ ਬਿਲਕੁਲ ਜੀ। ਐ ਵੇਖੋ, ਹਾਂ ਬੜਾ ਡੱਬਾ ਛਵਾਇਆ ਹੈ ਜੀ, ਐ ਦਰਾਜ਼ ਵਾਲਿਆਂ ਕੋਲ ਲਿਆ ਹੈ। ਅੱਛਾ, ਉਹ ਆ ਵੀ ਉਹਨਾਂ ਦੀ ਸਾਹਿਬ ਡੱਬੇ ਦੇ ਵਿੱਚ ਸੀ। ਹਾਂ, ਡੱਬੇ ਦੇ ਵਿੱਚ ਇਹ ਸੀ। ਅੱਛਾ, ਡੱਬਾ ਸੀ ਅਤੇ ਡਰੋਨ ਬਣਿਆ ਹੁੰਦਾ ਇਹ ਸੀ। ਐ ਹੁਣ ਐਂ ਕਰਕੇ ਖੋਲਦਾ। ਵਾਹ ਬਾਈ ਵਾਹ, ਨਾਲ ਫਰੀ ਦਾ ਡੱਬਾ ਤਾਂ ਮਿਲ ਗਿਆ ਜੀ ਡਰੋਨ ਦੇ ਨਾਲ ਨਾਲ, ਕਿਆ ਬਾਤ ਹੈ। ਸੁਭਾਨ ਅੱਲਾਹ, ਐ ਡਰੋਨ ਹੋ ਗਿਆ। ਅੱਛਾ, ਐ ਡਰੋਨ ਹੋ ਗਿਆ, ਇਹ ਤਾਂ ਬੜਾ ਹਲਕਾ ਜਿਹਾ। ਅੱਛਾ, ਇਹ ਰਿਮੋਟ ਡਰੋਨ ਨਾਲ ਤਾਂ ਵੱਡਾ ਰਿਮੋਟ ਹੀ ਹੁੰਦਾ। ਐ ਪਾਰ ਹੋ ਗਿਆ, ਅਗਰ ਕੋਈ ਪਾਰ ਸ਼ਾਟ ਟੁੱਟ ਜਾਂਦਾ। ਅੱਛਾ, ਤੇ ਤੁਸੀਂ ਦੁਬਾਰਾ ਲਗਾ ਸਕਦੇ, ਮਤਲਬ ਡਬਲ ਪਾਰ ਦਿੱਤੇ ਹੋਏ। ਵਾਹ ਬਾਈ ਵਾਹ, ਨਾਲ ਪੇਚ ਵਗੈਰਾ ਖੋਲਣ ਵਾਸਤੇ ਪੇਚਕਸ਼। ਅੱਛਾ, ਇਹਦੇ ਪਾਰ ਪੂਰ ਖੋਲਣ ਵਾਸਤੇ ਦੂਸਰੇ ਪਾਰ। ਐ ਇਹਦੇ ਉੱਤੇ ਲਗਾਈਦੇ ਨੇ, ਇਹਦਾ ਵਜ਼ਨ ਬਰਕਰਾਰ ਰੱਖਣ ਵਾਸਤੇ, ਤਾਂ ਕਿ ਵਜ਼ਨ ਆਵੇਗਾ ਤਾਂ ਫਿਰ ਹਿੱਲੇ ਉੱਲੇ ਦਾ ਨਹੀਂ। ਇਹਦੇ ਨਾਲ ਬੰਦਾ ਇੱਕ ਵੱਟਾ ਬੰਨ ਲਵੇ ਮੋੜ? ਨਹੀਂ, ਵੱਟਾ ਖੈਰ ਹੀ ਬੰਨਣਾ। ਅੱਛਾ, ਜ਼ਿਆਦਾ ਵਜ਼ਨ ਹੋ ਜਾਣਾ ਮੈਨੂੰ। ਐ ਉਹਨਾਂ ਨੇ ਮੈਨਿਊ ਦਿੱਤਾ ਹੋਇਆ, ਇਹਨੇ ਤੂੰ ਸਮਝੋ ਤੇ ਪੜ੍ਹੋ ਇਹਨੂੰ। ਚੈਣਾ ਲਿਖਿਆ, ਤੁਹਾਨੂੰ ਕਿੱਥੋਂ ਸਮਝ ਆਉਣੀ? ਚੈਣਾ ਵਿੱਚ ਲਿਖਿਆ, ਇੰਗਲਿਸ਼ ਵਿੱਚ ਲਿਖੀ। ਅੱਛਾ, ਦੋਵਾਂ ਜ਼ਬਾਨਾਂ 'ਚ? ਇੰਗਲਿਸ਼ ਇੱਧਰ ਵੀ, ਇੰਗਲਿਸ਼ ਨਾਲ ਇੰਗਲਿਸ਼ ਵੀ। ਹਰ ਸ਼ਾਇਦ ਇਸਤੇਮਾਲ ਕਰਨ ਵਾਸਤੇ ਨਾਲ ਪਰਚੀ ਤਾਂ ਜ਼ਰੂਰੀ ਹੁੰਦੀ। ਹਾਂ, ਮੈਨਿਊ ਦਿੰਦੇ ਨੇ ਤਾਂ ਕਿ ਬੰਦੇ ਸਮਝਣ ਇਸ ਤੋਂ। ਕਾਪੀ ਇਸ 'ਤੇ ਨਕਸ਼ਾ ਵਗੈਰਾ ਬਣੇ ਹੋਏ, ਕਿਵੇਂ ਕਰ ਕਢਾਉਣਾ। ਐ ਮਤਲਬ ਹੁਣ ਜਿਹੜਾ ਐਪ ਡਾਊਨਲੋਡ ਕਰਨਾ ਹੁੰਦਾ, ਲਿਖ ਦਿੱਤਾ ਦਿੱਤਾ ਹੋਇਆ, ਸਕੈਨ ਕਰੋ ਇੱਥੋਂ, ਇਹਨੂੰ ਐਪ ਡਾਊਨਲੋਡ ਕਰੋ ਮਤਲਬ। ਕਿਆ ਬਾਤ ਹੈ ਜੀ, ਨਾਲ ਮਿਲਿਆ ਇਹਨਾਂ ਨੂੰ ਕਾਗਜ਼ ਜਿਹਦੇ ਵਿੱਚ ਹਰ ਸ਼ਾਇ ਹੈ, ਉਹਨਾਂ ਨੇ ਆਖਿਆ ਵੀ ਬੰਨਦਾ ਖਾਲੀ ਹੋ ਗਿਆ। ਅੱਛਾ, ਅਤੇ ਇਹਦੇ ਨਾਲ ਬੈਟਰੀਆਂ ਬੂਟਰੀਆਂ ਹੋਰ ਕੋਈ ਨਹੀਂ? ਇੱਕੋ ਬੈਟਰੀ ਜਿਹੜੀ ਇਹਦੇ ਲੱਗੀ ਹੋਈ।
ਹੈ ਬੈਟਰੀ। ਖੋਲ ਲਓ ਖਾਨ, ਕਿਵੇਂ ਖੋਲਦੀ? ਖੋਲ ਜਾ ਸਿਮ ਸਿਮ ਖੁੱਲ ਗਈ। ਅੱਛਾ, ਬੈਟਰੀ ਹੁੰਦੀ, ਬਾਕੀ ਅਗਰ ਹੋਰ ਲੈਣੇ ਚਾਹੁੰਦੇ ਤੁਸੀਂ ਦੁਕਾਨ ਤੋਂ ਹੋਰ ਖਰੀਦੋਗੇ। ਅੱਛਾ, ਕਿੰਨੇ ਕੁ ਦੀ ਮਿਲ ਜਾਏਗੀ ਇਹਦੀ ਤਕਰੀਬਨ ਬੈਟਰੀ? ਪਤਾ ਨਹੀਂ ਹੁਣ ਕਿੰਨੇ ਦੀ ਮਿਲ। ਬੈਟਰੀ ਵੱਖਰੀ ਚਾਰਜ ਹੁੰਦੀ ਹੈ ਇੱਥੋਂ? ਆ ਬੈਟਰੀ ਹੈ ਵੇਖ ਲੈ, ਇੱਥੇ ਚਾਰਜ ਹੁੰਦੀ ਹੈ। ਉਹ ਲੁਪੀ ਲਗਾਏਗੀ ਬਣੀ ਹੋਈ ਇੱਥੇ ਚਾਰਜ। ਇਹਦੇ ਨਾਲ ਕੇਬਲ ਸ਼ੇਬਲ ਨਹੀਂ ਮਿਲੀ ਤੁਹਾਨੂੰ? ਕੇਬਲ ਹੈਗੀ, ਕੇਬਲ ਘਰ ਪਈ। ਅੱਛਾ ਅੱਛਾ, ਇੱਥੇ ਲਗਾਉਣ ਵਾਸਤੇ। ਕਿਆ ਬਾਤ ਹੈ, ਮੁੜ ਜੀ ਨਾ ਇੰਨੇ ਜ਼ਿਆਦਾ ਹਲਕੇ ਨੇ ਅਤੇ ਨਾ ਫਾਰਨ ਬਸ ਦਰਮਿਆਨੇ ਚੇ ਨੇ। ਰਿਮੋਟ ਇਹਨੇ ਚੰਗਾ ਵੱਡਾ ਬਣਾਇਆ ਹੈ ਨਾਲ। ਅਤੇ ਜਵਾਦ ਬਾਈ, ਇਹ ਕਿੰਨੇ ਕੁ ਦਾ ਆਇਆ ਤਕਰੀਬਨ ਜਿਹੜਾ ਡਰੋਨ ਹੈ ਤੁਹਾਡਾ? ਇਹ ਡਰੋਨ ਕਿੰਨੇ ਕੁ ਦਾ ਆਇਆ ਤੁਹਾਡਾ? ਇਹ ਆਇਆ 13,000 ਦਾ। ਵਾਹ ਬਾਈ ਵਾਹ, ਮੁੜ ਤਾਂ ਸਸਤੇ ਕੰਮ ਸਾਰ ਗਿਆ। ਬੜੇ ਮਹਿੰਗੇ ਮਹਿੰਗੇ ਡਰੋਨ ਹੈਗੇ ਨੇ। ਮਹਿੰਗੇ ਵੀ ਹੈਗੇ ਨੇ, ਇਹ ਕਿਹੜਾ 13,000 ਕਿਹੜਾ ਸਸਤਾ। ਹਾਂ ਤੁਹਾਡੀ ਗੱਲ ਠੀਕ ਹੈ। ਅਤੇ ਹੁਣ ਚਲਾਉਣਾ ਕਿਵੇਂ ਹੁਣ? ਸਾਨੂੰ ਇਹ ਵੀ ਪੂਰਾ ਕੋਈ ਸਾਨੂੰ ਵੀਡੀਓ ਸ਼ੀਡੀਓ ਬਣਾ ਕੇ ਵਿਖਾਓ ਤਾਂ ਚੱਸ ਆਵੇ। ਅੱਛਾ, ਇਹ ਵੇਖੋ ਇਸ ਤਰ੍ਹਾਂ ਖੁੱਲ ਜਾਏਗਾ। ਵਾਹ ਬਾਈ ਵਾਹ, ਇਹ ਵੇਖੋ ਇਹ ਇੱਕ ਤਰ੍ਹਾਂ ਦਾ ਲਾਕ ਵੀ ਹੈ। ਇਹ ਵੇ ਇਹ ਨਹੀਂ ਖੁੱਲ ਸਕਦਾ ਮੁਕੰਮਲ। ਅੱਛਾ, ਉਹ ਖੁੱਲੇਗਾ ਤੇ ਤਾਂ ਖੁੱਲੇਗਾ ਫਿਰ। ਅੱਛਾ, ਹੁਣ ਉਹ ਸਹੀ ਹੋ ਗਿਆ ਫਿਰ? ਪੂਰਾ ਜਹਾਜ਼ ਬਣ ਗਿਆ। ਉੱਡੂਏ ਬਸ ਬਸ, ਜ਼ਿਆਦਾ ਨਾ ਉਡਾਇਆ ਜੇ ਕਿਤੇ। ਅੱਛਾ, ਅਤੇ ਇਹਦੇ ਉੱਤੇ ਸਕਰੀਨ ਸਕਰੂਨ ਕੋਈ ਨਹੀਂ ਜਿਹਦੇ ਉੱਤੇ ਵੇਖਣਾ ਵੇਖਣਾ ਇਹਦੇ ਰਿਮੋਟ ਉੱਤੇ? ਇਹ ਮੋਬਾਈਲ ਦੇ ਨਾਲ ਲਗਾਏਗਾ। ਅੱਛਾ, ਇੱਥੇ ਤੁਸੀਂ ਲਗਾਓਗੇ ਮੋਬਾਈਲ ਨਾਲ। ਕੋਈ ਕੇਬਲ ਕਨੈਕਟ ਕਰਨੀ ਹੈ ਕਿ ਕਿਸ ਹੈ ਨਾਲ? ਜਿਹੜਾ ਮੋਬਾਈਲ ਨਾਲ ਐਪ ਹੈ ਨਾ, ਵਾਈਫਾਈ। ਕਿਹੜਾ? ਵਾਈਫਾਈ ਹੈ ਲੈਪ। ਅੱਛਾ, ਵਾਈਫਾਈ ਵਾਲਾ ਐਪ ਹੈ ਕਰਨਾ। ਹਾਂ ਅੱਛਾ, ਲਾਈਟਾਂ ਬਾਲ ਗਈਆਂ ਦਾ ਮਤਲਬ ਔਨ ਹੋ ਗਿਆ। ਔਨ ਕੀਤਾ। ਓਹ ਵਾਹ ਬਾਈ ਵਾਹ, ਫਿਰ ਇਹਨੂੰ ਇੱਕ ਵਾਰ ਬਟਨ ਹਿਲਾਣਾ। ਇਹ ਹੁਣ ਇਸ ਨਾਲ ਕਨੈਕਟ ਹੋ ਗਿਆ। ਅੱਛਾ, ਹੋ ਗਿਆ ਹੁਣ ਕਨੈਕਟ। ਜੇ ਕੋਈ ਹੋਰ ਬਟਨ ਦਾਬ ਦੇ ਮੁੜ ਹੋ ਜਾਏਗਾ? ਨਹੀਂ ਨਹੀਂ, ਬਕਾਇਦਾ ਇਹਦਾ ਪੂਰਾ ਨਿਜ਼ਾਮ ਹੈ। ਇਹਨੂੰ ਐਪ ਨੂੰ ਉਹ ਔਨ ਕੀਤਾ। ਅੱਛਾ, ਐਪ ਹੋ ਗਈ, ਉਸ ਤੋਂ ਬਾਅਦ ਐ ਸਟਾਰਟ ਹੁਣ ਇਹਦਾ ਕੈਮਰਾ ਓਪਨ ਹੋ ਜਾਏਗਾ। ਹੋਇਆ ਨਹੀਂ ਹਾਲੇ। ਕਿੱਥੇ ਕੈਮਰਾ ਹੈਗਾ, ਕਿੱਥੇ ਵੇਂਦਾ? ਇਹ ਕੈਮਰਾ। ਅੱਛਾ, ਜਿਹੜਾ ਥੱਲੇ ਸਾਈਡ ਤੇ ਹੀ ਆ। ਇੱਕ ਐ ਵੇ, ਇੱਕ ਐ ਵੇ, ਦੋ ਕੈਮਰੇ ਨੇ। ਅੱਛਾ, ਵੀ ਹੋ ਜਾਂਦਾ ਐ ਲਾ ਤੇ ਐ ਲਾ। ਹਾਲੇ ਹੋਇਆ ਨਹੀਂ। ਓਕੇ, ਲਾ ਲਓ, ਚੱਲ ਨਹੀਂ ਰਿਹਾ ਹਾਲੇ। ਕਿਆ ਮਸਲਾ ਇਹਨੂੰ? ਉਹ ਯਾਰ, ਇਹ ਤਾਂ ਸਟਾਰਟ ਕੀਤਾ ਵਾਈਫਾਈ ਨਾਲ ਨਾ, ਪਹਿਲਾਂ ਕਨੈਕਟ ਕਰਨਾ ਸੀ, ਮੈਂ ਭੁੱਲ ਗਿਆ। ਅੱਛਾ ਅੱਛਾ, ਵਾਈਫਾਈ ਨਾਲ ਕਨੈਕਟ ਕਰਦਾ? ਇਹ ਵੇਖੋ, ਇਹਦੀ ਵਾਈਫਾਈ ਦਾ ਆ ਗਿਆ। ਅੱਛਾ, ਮੈਂ ਕਨੈਕਟ ਕਰਕੇ ਤੂੰ ਚਲਾ ਸਕਦਾ ਵਾਈਫਾਈ? ਨਹੀਂ, ਫ੍ਰੀ ਹੈ ਡਾਟਾ ਚਲਾ ਲੈਣਾ? ਨਹੀਂ, ਇਹਦਾ ਡਾਟਾ ਕੋਈ ਨਹੀਂ ਹੁੰਦਾ ਵਾਈਫਾਈ ਬਗੈਰ ਸਿਗਨਲ ਨਾਲ ਹੀ। ਅੱਛਾ, ਉਹਦੇ ਵਾਸਤੇ ਮੈਂ ਹੱਕਦਾ ਨਾਲ ਕੋਈ? ਇਹ ਵੇਖੋ, ਚੱਲਿਆ ਨਹੀਂ ਹਾਲੇ, ਚੱਲ ਗਿਆ। ਇਹ ਵੇਖੋ, ਵਾਹ, ਇੱਥੇ ਮੋਬਾਈਲ 'ਤੇ ਕਰੋ ਨਾ, ਮੋਬਾਈਲ 'ਤੇ। ਇਹ ਵੇਖੋ, ਸਾਰੀ ਆ ਰਹੀ ਹੈ, ਮਸਜਿਦ ਦੀ ਆ ਰਹੀ ਹੈ। ਉਹਨੇ ਨੂੰ ਉਡਾਓ ਕਿਦਾਂ? ਇਹ ਵੇਖੋ, ਇਹ ਤੁਹਾਡੀ ਆ ਰਹੀ ਹੈ। ਮੈਂ ਵਿੱਚ ਆ ਗਿਆ ਹੁਣ। ਮੋਬਾਈਲ ਉੱਤੇ ਲਾਓ ਤੁਸਾਂ, ਕਿਵੇਂ ਲੱਗਦਾ ਮੋਬਾਈਲ? ਇਹ ਵੇਖੋ, ਇਸ ਤਰ੍ਹਾਂ ਮੋਬਾਈਲ ਲੱਗ ਜਾਏਗਾ। ਬਾਕੀ ਗੱਲਾਂ ਇੱਕ ਪਾਸੇ, ਲਾਈਟਿੰਗ ਬੜੀ ਲਾਈ ਹੋਈ ਨੇ ਵਿੱਚ, ਲਾਈਟ ਕਮਾਲ ਦੀ ਹੈ। ਉਡਾ ਕੇ ਵਿਖਾਈਏ ਤੁਹਾਨੂੰ? ਚਲੋ ਆਓ, ਬਾਹਰ ਲੈ ਚੱਲੀ, ਬਿਸਮਿਲ੍ਲਾ। ਓ ਪਾਰ ਕੌਮ ਗਿਆ ਨਹੀਂ, ਕਾਰ ਨਾ ਵੀਡੀਓ ਔਨ ਕਰ। ਚਲੋ ਚਲੋ, ਉਡਾਓ ਉਹਨਾਂ ਨੂੰ। ਵਾਹ,
ਆ ਸਾਡੇ ਬਜ਼ੁਰਗ ਗੱਲ ਨਾ ਕੱਚੇ ਕੱਚੇ ਨੇ, ਡਰਾਈਵਰ ਕੱਚੇ ਨੇ ਇਹਦੇ ਪਲੇਨ ਦੇ। ਆ ਉੱਡ ਗਿਆ ਜੀ, ਇੱਥੇ ਵਿੱਚ ਕੀ ਸਿਸਟਮ ਆ ਰਿਹਾ? ਆ ਰਿਹਾ ਤਾਂ ਤੁੰਦ ਲਾ ਕਿਉਂ ਆ ਰਹੇ ਨੀ? ਕੋਈ ਸਕਰੀਨ ਸ਼ਕਰੀਨ ਵਧਾਓ ਖਾਨ ਕਿ ਹੈਗੀ ਇੰਨੀ ਹੈ। ਇਹਨਾਂ ਨਾਲ ਸਹੀ ਤਰ੍ਹਾਂ ਉਡਾਉਣਾ ਕੋਈ ਨਹੀਂ ਆ ਰਿਹਾ, ਲੇਕਿਨ ਪ੍ਰੈਕਟਿਸ ਕਰ ਰਹੇ ਨੇ ਆਪਣੀ। ਬੜਾ ਨਾਲ ਸਿਸਟਮ ਦਿੱਤਾ ਹੈ ਉਹ ਭੱਜਿਆ ਹੀ ਇੱਧਰ। ਤੁਸੀਂ ਉਡਾ ਕੇ ਰੱਖੋ ਥੋੜ੍ਹਾ ਜਿਹਾ, ਥੋੜ੍ਹਾ ਉਡਾਓ 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 ਤੋਂ ਉਡਾਓ। ਹੁਣ ਮੋੜੋ ਗੱਡੀ, ਮੋੜ ਦਿਓ ਹੁਣ। ਹੈ ਹੁਣ ਜਾਂਦਾ ਪਿਆ ਜੀ, ਇਸ ਨਾਲ ਲਗਾਂ ਦਾ, ਇਸ ਨਾਲ ਪਿੱਛਾਂ ਦਾ, ਇਸ ਨਾਲ ਇਸ ਸਾਈਡ ਦਾ, ਇਸ ਨਾਲ ਇਸ ਸਾਈਡ ਦਾ। ਇਹ ਵੇਖੋ, ਇਸ ਨਾਲ ਇਸ ਸਾਈਡ ਦਾ, ਇਸ ਨਾਲ ਇਸ ਸਾਈਡ ਦਾ, ਇਸ ਨਾਲ ਅਗਾਂ ਦਾ, ਇਸ ਨਾਲ ਪਿੱਛਾਂ ਦਾ। ਅੱਛਾ, ਬੈਟਰੀ ਲੋ ਹੋਈ ਕਾਂ। ਅੱਛਾ, ਬਟਨ ਕਿਹੜੀ ਕਿਹੜੀ ਸ਼ਾਇਦ ਨੇ? ਇਹ ਤਾਂ ਹੋ ਗਿਆ ਉਡਾਉਣ ਦਾ, ਇਹ ਕਾਂ ਪਿੱਛਾਂ ਦਾ ਹੋ ਗਿਆ, ਨਾਲ ਵਾਲਾ ਦੂਆ। ਇਹ ਵੇਖੋ ਨਾ, ਇਸ ਨਾਲ ਜਦੋਂ ਔਨ ਕਰ ਦੇਣਾ, ਇੱਕ ਵਾਰ ਐਂ ਕਰਨਾ ਐਂ ਕਰਨਾ, ਕਨੈਕਟ ਹੋ ਜਾਏਗਾ। ਅੱਛਾ, ਫਿਰ ਐਂ ਕਰਨਾ ਤੇ ਉਤਾਂ ਜਾਵੇਗਾ, ਜਿਵੇਂ ਜਿਵੇਂ ਐਂ ਕੀਤਾ ਜਾਏਗਾ ਉੱਪਰ ਜਾਏਗਾ, ਉੱਪਰ ਜ਼ਿਆਦਾ ਠੀਕ ਹੋ ਗਿਆ। ਤੇ ਇਹ ਥੋੜਾ ਐਂ ਕਰੋਗੇ ਤੇ ਥੱਲੇ ਆਏਗਾ, ਤੇ ਅਗਾਂ ਪੀਸ ਥੱਲੇ ਕਰੋਗੇ, ਰਾਈਟ ਲੈਫਟ ਅਗਾਂ ਉੱਪਰ ਨੀਚੇ, ਉੱਪਰ ਉੱਪਰ ਨੀਚੇ ਨਹੀਂ, ਅਗਾਂ ਪਿੱਛਾਂ। ਅੱਛਾ, ਯਾਨੀ ਐਂ ਕਰੋਗੇ ਤੇ ਐਂ ਜਾਏਗਾ, ਐਂ ਕਰੋਗੇ ਤੇ ਐਂ ਆਏਗਾ। ਅੱਛਾ ਠੀਕ ਹੋ ਗਿਆ। ਤੇ ਬਾਕੀ ਆ ਨਿੱਕੇ ਬਟਨ ਜਿਹੜੇ ਨੇ? ਨਿੱਕੇ ਬਟਨ ਨੇ, ਕੋਈ ਖਾਸ ਪਤਾ ਨਹੀਂ ਹੈ ਇਹਨਾਂ ਦਾ ਨਾ। ਅੱਛਾ, ਹਾਲੇ ਤੁਹਾਨੂੰ ਐਕਸਪੀਰੀਅੰਸ ਨਹੀਂ ਹੋਇਆ ਇਹਨਾਂ ਦਾ? ਹਾਲੇ ਸਿੱਖ ਰਹੇ ਹਾਂ, ਜੋ ਸਿੱਖ ਜਾਵਾਂਗੇ ਫਿਰ ਵਲੋਗ ਇਸ ਤੇ। ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਇਨਸ਼ਾਅੱਲਾ ਅਗਲੀ ਤੇ ਨਈ ਵੀਡੀਓ ਨਾਲ ਮੁਲਾਕਾਤ ਹੋਵੇਗੀ। ਗੁੱਡ ਬਾਏ।